ਸਾਰੀਆਂ ਐਕਟਰਾਂ ਜਿੰਨੀਆਂ ਵੀ ਹੈਗੀਆਂ, ਨਾਜ਼ਰੀ, ਮੁਮਤਾਜ਼, ਸਮੁਰਦ, ਫਰਦੋਸ, ਅੰਜਮਨ, ਗੋਰੀ, ਬਾਬਰਾ ਸ਼ਰੀਫ। ਦੋਸਤੋ, ਮੈਂ ਔਰੰਗਜ਼ੇਬ ਬੇਗ, ਅੱਜ ਤੁਹਾਨੂੰ ਮੈਂ ਮਲਕਾ ਤਰੰਨਮ ਮੈਡਮ ਨੂਰ ਜਹਾਂ ਦਾ ਘਰ ਵਹਾਲਾਂਗਾ, ਜਿਹੜਾ ਕਿ ਵਾਕਿਆ ਹੈ ਸ਼ਾਹੀ ਮਹੱਲਾ, ਜਿਹਨੂੰ ਬਾਜ਼ਾਰੇ ਹੁਸਨ ਵੀ ਕਿਹਾ ਜਾਂਦਾ ਔਰ ਹੀਰਾ ਮੰਡੀ ਵੀ। ਮੈਡਮ ਨੂਰ ਜਹਾਂ 3 ਸਾਲ ਆਪਣੇ ਇਸ ਘਰ ਦੇ ਵਿੱਚ ਇੱਥੇ ਰਿਹਾਇਸ਼ ਪਜ਼ੀਰ ਰਹੀਆਂ। ਇਹਦੇ ਨਾਲ ਨਾਲ ਤੁਹਾਨੂੰ ਥੋੜ੍ਹੀ ਜਿਹੀ ਮੈਂ ਮੌਜੂਦਾ ਸੂਰਤ ਹਾਲ ਵੀ ਦੱਸਾਂਗਾ ਕਿ ਅੰਗਰੇਜ਼ ਦੌਰ ਤੋਂ ਪਹਿਲੇ ਜਦੋਂ ਮੂਲੀਆ ਦੌਰ ਦੇ ਵਿੱਚ ਹੀਰਾ ਮੰਡੀ ਨੂੰ ਬਣਾਇਆ ਗਿਆ, ਇਸ ਬਾਜ਼ਾਰ ਦੀਆਂ ਰੌਣਕਾਂ ਬਹਾਲ ਹੋਈਆਂ ਅਤੇ ਉਹਦੇ ਬਾਅਦ ਤੋਂ ਲੈ ਕੇ ਹੁਣ ਤੱਕ 2022 ਤੱਕ ਇੱਥੇ ਮਾਹੌਲ ਕੈਸਾ ਹੈ ਔਰ ਇਹ ਗਲੀਆਂ ਬਾਜ਼ਾਰ ਅੱਜ ਕਿਸ ਹਾਲ ਦੇ ਵਿੱਚ ਨੇ। ਅੱਛਾ ਦੋਸਤੋ, ਇਹ ਮੇਨ ਰੋਡ ਹੈਗਾ ਜਿਹੜਾ ਕਿ ਦਾਤਾ ਦਰਬਾਰ ਨੂੰ ਅੱਗੇ ਜਾ ਰਿਹਾ ਔਰ ਬਿਲਕੁਲ ਇਹ ਲੈਫਟ ਸਾਈਡ ਦੇ ਉੱਤੇ ਆ ਜਿਹੜਾ ਮੈਂ ਤੁਹਾਨੂੰ ਬਾਜ਼ਾਰ ਹੁਣ ਦਿਖਾ ਰਿਹਾ। ਇਹ ਵੇ ਟੈਕਸਾਲੀ ਗੇਟ, ਜਿਹੜੇ ਕਿ ਲਾਹੌਰ ਦੇ ਤਾਰੀਖੀ ਪੁਰਾਣੇ ਦਰਵਾਜ਼ੇ ਸਨ ਉਹਨਾਂ ਵਿੱਚੋਂ ਇੱਕ ਦਰਵਾਜ਼ਾ ਜਿਹਦਾ ਨਾਂ ਸੀ ਟੈਕਸਾਲੀ ਗੇਟ। ਇਹ ਉਹਦੇ ਬਿਰੂਨੀ ਤੁਹਾਨੂੰ ਮੰਜ਼ਰ ਵਿਖਾਏ ਜਾ ਰਹੇ ਨੇ ਔਰ ਮੈਂ ਇਸ ਵੇਲੇ ਜਾ ਰਿਹਾ ਵਾਂ ਤਾਰੀਖੀ ਬਾਜ਼ਾਰੇ ਹੁਸਨ, ਸ਼ਾਹੀ ਮਹੱਲਾ ਜਾਂ ਹੀਰਾ ਮੰਡੀ ਨੂੰ ਤੁਸੀਂ ਕਹਿ ਸਕਦੇ ਹੋ। ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਇਹ ਇਹਦਾ ਮੇਨ ਬਾਜ਼ਾਰ ਆ ਗਿਆ। ਇੱਕ ਦੌਰ ਸੀ ਇਹ ਜਿਹੜੇ ਗਲੀਆਂ ਬਾਜ਼ਾਰ ਨੇ, ਇਹ ਜਿਹੜੀਆਂ ਖਿੜਕੀਆਂ ਨੇ, ਇੱਥੋਂ ਘੁੰਗਰੂ ਛਣਕਣ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸਨ, ਨਾਚ ਗਾਣਾ ਆਮ ਸੀ ਅਤੇ ਇਹਦੇ ਨਾਲ ਨਾਲ ਸੈਕਸ ਵਰਕਰਸ ਵੀ ਮੁਖਤਲਫ ਇਲਾਕਿਆਂ ਤੋਂ ਆ ਕੇ ਅਤੇ ਇੱਥੇ ਆਪਣਾ ਰੁਜ਼ਗਾਰ ਕਮਾਉਂਦੀਆਂ ਸਨ ਅਤੇ ਹੁਣ ਇਹ ਵਕਤ ਦੇ ਨਾਲ ਨਾਲ ਰੁਝਾਨ ਇੱਥੋਂ ਘੱਟ ਗਿਆ ਔਰ ਜਿੰਨੀਆਂ ਵੀ ਤਵਾਇਫਾਂ ਸਨ ਉਹ ਸ਼ਹਿਰਾਂ ਦੇ ਪੋਸ਼ ਏਰੀਏ ਵਿੱਚ ਜਾ ਚੁੱਕੀਆਂ ਨੇ। ਅਤੇ ਇਹ ਜਨਾਬ ਦੇਖੋ ਛੋਟੇ ਛੋਟੇ ਕਮਰੇ ਆ, ਜੰਦਰੇ ਵੱਜੇ ਨੇ। ਇਹ ਦਰਵਾਜ਼ੇ ਦੇ ਉੱਤੇ ਕੁਛ ਵੈਲਕਮ ਅਤੇ ਕਿਸੇ ਗਰੁੱਪ ਦਾ ਨਾਂ ਲਿਖਿਆ, ਲੱਕੜੀ ਦੇ ਦਰਵਾਜ਼ੇ, ਉਹੀ ਪੁਰਾਣੀ, ਪਤਾ ਨਹੀਂ ਕਿੰਨੇ ਸਾਲ ਇਸ ਹੋ ਗਏ ਨੇ ਇਹਨਾਂ ਦੁਕਾਨਾਂ ਨੂੰ, ਇਹਨਾਂ ਬਾਜ਼ਾਰਾਂ ਨੂੰ ਅਤੇ ਇਹਨਾਂ ਇਹ ਜਿਹੜੇ ਸੈਕਸ ਦੇ ਅੱਡੇ ਸਨ ਛੋਟੇ ਛੋਟੇ। ਟਿੱਬੀ ਗਲੀ ਹੈਗੀ ਹੈ ਇਹ ਬਾਜ਼ਾਰੇ ਹੁਸਨ ਦੀ, ਅਤੇ ਇਸ ਵੇਲੇ ਬਿਲਕੁਲ ਵਰਾਨ ਹੋ ਚੁੱਕੀ ਹੈ ਕਿਉਂਕਿ ਇੱਥੋਂ ਦੀਆਂ ਜਿੰਨੀਆਂ ਤਵਾਇਫਾਂ ਸਨ ਉਹ ਪੋਸ਼ ਏਰੀਆ 'ਚ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਸ਼ਿਫਟ ਹੋ ਚੁੱਕੀਆਂ ਨੇ। ਅਤੇ ਇਹ ਜਨਾਬ ਜਿਹੜੇ ਤੁਸੀਂ ਖਸੂਸੀ ਮਨਾਜ਼ਰ ਵੇਖਦੇ ਹੋ ਪਏ, ਇਹ ਉਹ ਸੀ ਕਿ ਇਹ ਬਾਜ਼ਾਰ ਦੇ ਵਿੱਚ ਰਾਤਾਂ ਜਾਗਦੀਆਂ ਹੁੰਦੀਆਂ ਸਨ, ਯਾਨੀ ਸਾਰੀ ਰਾਤ ਮੁਜਰਾ, ਅਤੇ ਦੂਰ ਦਰਾਜ਼ ਦੇ ਲੋਕਾਂ ਦੇ ਜਿਹੜੇ ਲੋਕ ਆ ਕੇ ਅਤੇ ਇੱਥੇ ਉਹ ਇੰਜੋਏ ਕਰਦੇ ਹੁੰਦੇ ਸਨ ਔਰ ਸੁਬਹੋ ਫਿਰ ਜਾਨਣ ਤੋਂ ਪਹਿਲੇ ਇੱਥੋਂ ਲੋਕ ਜਾਂਦੇ ਹੁੰਦੇ ਸਨ। ਅਤੇ ਇਸ ਵੇਲੇ ਇਹ ਗਲੀਆਂ ਬਾਜ਼ਾਰ ਸੁਨਸਾਨ ਪਏ ਨੇ। ਇਹ ਏਰੀਆ ਬਾਦਸ਼ਾਹ ਮਸਜਿਦ ਤੁਸੀਂ ਦੇਖ ਰਹੇ ਹੋ, ਇਹ ਬਾਜ਼ਾਰੇ ਹੁਸਨ ਸ਼ਾਹੀ ਮਹੱਲੇ ਦੇ ਬਿਲਕੁਲ ਸ਼ਮਾਲੀ ਇਲਾਕੇ ਏਰੀਏ ਵਾਲੇ, ਅਤੇ ਇਹ ਨਾਲ ਹੀ ਸੜਕ ਅਤੇ ਸੜਕ ਦੇ ਨਾਲ ਹੀ ਇਹ ਸਾਰਾ ਹੀਰਾ ਮੰਡੀ ਦਾ ਇਲਾਕਾ ਜਿਹਦੇ ਵਿੱਚ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਫਿਲਮੀ ਸ਼ਖਸੀਅਤ ਮਾਜ਼ੀ ਦੇ ਵਿੱਚ ਇੱਥੇ ਰਹਿ ਚੁੱਕੀਆਂ ਨੇ, ਇੱਥੇ ਰਹਿੰਦੀਆਂ ਹੁੰਦੀਆਂ ਸਨ, ਉਹਨਾਂ ਦੇ ਇੱਥੇ ਘਰ ਸਨ, ਉਹਨਾਂ ਦੇ ਬਿਜ਼ਨਸ ਸਨ, ਇੱਥੇ ਨਾਚ ਗਾਣ ਦੀਆਂ ਮਹਿਫਲਾਂ ਹੁੰਦੀਆਂ ਹੁੰਦੀਆਂ ਸਨ ਔਰ ਜਿੰਨੇ ਵੀ ਸ਼ਾਇਕੀਨ ਨੇ ਉਹ ਉਹਨਾਂ ਦੇ ਮੁਜਰੇ ਵੇਖ ਕੇ ਅਤੇ ਸਾਰੀ ਰਾਤ ਇੱਥੇ ਗੁਜ਼ਾਰ ਕੇ ਅਤੇ ਚਲੇ ਜਾਂਦੇ ਸਨ। ਇਹ ਸਾਰਾ ਏਰੀਆ ਉਹ ਹੀ ਹੈ, ਪਾਰਕਿੰਗ ਏਰੀਆਜ਼ ਨੇ ਕਾਰਾਂ ਖੜੀਆਂ ਕਰਨ ਵਾਸਤੇ ਅਤੇ ਉੱਤੇ ਹਰ ਘਰ ਦੇ ਵਿੱਚ ਮੁਜਰਾ ਹੁੰਦਾ ਸੀ। ਅਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ, ਇੱਥੇ ਇੱਕ ਸ਼ਰੀਫ ਆਦਮੀ ਦਾ ਆਉਣਾ ਬਹੁਤ ਮਾਯੂਬ ਸਮਝਿਆ ਜਾਂਦਾ ਹੁੰਦਾ ਸੀ, ਠੀਕ ਹੈ ਨਾ। ਇਹਨਾਂ ਗਲੀਆਂ ਮੁਹੱਲਿਆਂ ਦੇ ਵਿੱਚ ਜਿਹੜੇ ਤਮਾਸ਼ਬੀਨ ਨੇ ਜਾਂ ਉਹ ਹੁੰਦੇ ਸਨ ਅਤੇ ਜਾਂ ਜਿਹੜੇ ਇੱਥੇ ਰਿਹਾਇਸ਼ ਪਜ਼ੀਰ ਨੇ ਉਹ ਇੱਥੇ ਆਉਂਦੇ ਹੁੰਦੇ ਸਨ। ਅਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਹੁਣ ਨੂਰਜਹਾਂ ਦਾ ਘਰ, ਮਲਕਾ ਤਰੰਨਮ ਨੂਰਜਹਾਂ ਦਾ ਘਰ, ਉਹ ਅੱਜ ਵੀ ਮੌਜੂਦ ਹੈ, ਉੱਤੇ ਉਹਨਾਂ ਦੇ ਨਾਂ ਲਿਖਿਆ ਕਿ ਉਹ ਇੱਥੇ ਰਿਹਾਇਸ਼ ਪਜ਼ੀਰ ਰਹੀਆਂ ਨੇ, ਉਹ ਵੀ ਤੁਹਾਨੂੰ ਹਾਲ ਨਾਲ ਮੈਂ ਬਸ ਉੱਧਰ ਹੀ ਜਾ ਰਿਹਾ। ਅਤੇ ਇਹ ਸਾਰਾ ਬਾਜ਼ਾਰੇ ਹੁਸਨ 2022 ਦੇ ਵਿੱਚ ਤੁਹਾਨੂੰ ਲੇਟੈਸਟ ਮਨਾਜ਼ਰ ਵਾਲਣਾ ਪਿਆ, ਅੱਜ ਤੋਂ 30 ਸਾਲ ਪਹਿਲੇ ਅਤੇ ਹੁਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਇੱਥੇ ਮੁਜਰੇ, ਹਰ ਚੀਜ਼ ਖਤਮ ਹੋ ਚੁੱਕੀ ਹੈ, ਸੈਕਸ ਵਰਕਰਸ ਵੀ ਇੱਥੋਂ ਜਾ ਚੁੱਕੀਆਂ ਨੇ ਔਰ ਉਹ ਕੰਮ ਜਿਹੜਾ ਜ਼ਿਆਉਲ ਹੱਕ ਨੇ ਇੱਥੇ ਸ਼ੁਰੂ ਕੀਤਾ ਸੀ ਇਹਨਾਂ ਮੁਜਰਿਆਂ 'ਤੇ ਪਾਬੰਦੀ ਅਤੇ ਸੈਕਸ 'ਤੇ ਪਾਬੰਦੀ ਲਾਉਣ ਦੀ, ਉਹ ਹੁਣ ਜਦੋਂ ਜ਼ਿਆਉਲ ਹੱਕ ਦੀ ਡੈਥ ਹੋ ਗਈ ਅਤੇ ਉਸ ਤੋਂ ਬਾਅਦ ਫਿਰ ਇਹ ਕੰਮ ਸ਼ੁਰੂ ਹੋ ਗਿਆ, ਲੇਕਿਨ ਇਹ ਹੁਣ ਆਟੋਮੈਟਿਕ ਇੱਥੇ ਜਿੰਨੀਆਂ ਵੀ ਜਿਹੜੀਆਂ ਤਵਾਇਫਾਂ ਨੇ ਉਹ ਸ਼ਹਿਰਾਂ ਦੇ ਪੋਸ਼ ਏਰੀਆ ਜਾ ਚੁੱਕੀਆਂ ਨੇ। ਇੱਕ ਦੌਰ ਸੀ
ਕਿ ਇਹਨਾਂ ਦੁਕਾਨਾਂ ਹੋਟਲਾਂ ਤੇ ਲੋਕੀ ਖਾਣ ਪੀਣ ਵੀ ਆਉਂਦੇ ਹੁੰਦੇ ਸਨ। ਇਹ ਹਾਲਾਂ ਲੱਸੀਆਂ ਇੱਥੋਂ ਦੀਆਂ ਬਹੁਤ ਮਸ਼ਹੂਰ ਨੇ, ਫੱਜੇ ਦੇ ਪਾਏ ਵੀ ਇਸੇ ਬਾਜ਼ਾਰ 'ਚ ਨੇ। ਵਾਹ ਜੀ ਵਾਹ, ਭਲਵਾਨ ਜੀ ਮਜ਼ਾ ਆ ਗਿਆ। ਇੱਥੇ ਪਾਨ ਬੜੇ ਮਸ਼ਹੂਰ ਸਨ, ਪਾਨਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਹੁਣ ਖਤਮ ਹੋ ਗਈਆਂ ਨੇ, ਚੰਦ ਇੱਕ ਰਹਿ ਗਈਆਂ ਨੇ। ਇਹ ਬਜ਼ੁਰਗ ਜਨਾਬ ਇੱਕ ਅਰਸੇ ਤੋਂ ਇਸ ਬਾਜ਼ਾਰ ਦੇ ਵਿੱਚ ਬੜੇ ਬੜੇ ਜ਼ਬਰਦਸਤ ਪਾਨ ਜਿਹੜੇ ਨੇ ਬਣਾ ਕੇ ਵੇਚਦੇ ਨੇ, ਅੱਜ ਵੀ ਇਹਨਾਂ ਦੀ ਦੁਕਾਨ ਮੌਜੂਦ ਹੈ। ਇਹਨਾਂ ਨੇ ਕਿਹਾ ਜੀ ਅਸੀਂ ਇਸ ਬਾਜ਼ਾਰ ਦੀਆਂ ਬੜੀਆਂ ਰੌਣਕਾਂ ਵੇਖੀਆਂ ਨੇ ਜਿਹੜੀਆਂ ਕਿ ਹੁਣ ਬਿਲਕੁਲ 100% ਤਕਰੀਬਨ ਖਤਮ ਹੋ ਚੁੱਕੀਆਂ ਨੇ, ਲੇਕਿਨ ਕੀ ਕਰੀਏ, ਅਸੀਂ ਹੁਣ ਆਪਣੀ ਪੁਰਾਣੀ ਦੁਕਾਨ ਨਹੀਂ ਛੱਡ ਸਕਦੇ। ਇਹ ਬਿਲਕੁਲ ਬਾਜ਼ਾਰੇ ਹੁਸਨ ਦੇ ਵਿੱਚ ਇਹਨਾਂ ਦੀ ਪਾਨਾਂ ਵਾਲੀ ਦੁਕਾਨ ਹੈ, ਜਿੱਥੇ ਕਿਸੇ ਦੋ ਤਮਾਸ਼ ਵੀ ਨਾ ਕੇ ਮਹਿੰਗੇ ਮਹਿੰਗੇ ਪਾਨ ਖਰੀਦ ਕੇ ਆਪ ਹੀ ਵੀ ਖਾਂਦੇ ਸਨ, ਅਤੇ ਆਪਣੇ ਜਿਹੜੇ ਡਾਂਸਰ ਲੜਕੀਆਂ ਸਨ ਉਹਨਾਂ ਲਈ ਵੀ ਲੈ ਕੇ ਜਾਂਦੇ ਹੁੰਦੇ ਸਨ। ਇਹ ਬੜਾ ਵੱਡਾ ਤੋਹਫ਼ਾ ਸਮਝਿਆ ਜਾਂਦਾ ਸੀ। ਅੱਛਾ, ਮੈਂ ਚੱਲਦਾ ਜਾ ਰਿਹਾ ਸਾਂ ਅਤੇ April 1934 ਇੱਕ ਬਿਲਡਿੰਗ 'ਤੇ ਲਿਖਿਆ। ਵਾਹ ਜੀ ਵਾਹ, ਇਹ ਪੁਰਾਣੀ ਕੋਈ ਬਿਲਡਿੰਗ ਜਨਾਬ, April 1934 ਦੀ ਬਣੀ, ਇਹ ਅੱਜ ਵੀ ਮੌਜੂਦ ਹੈ। ਇਹ ਵੀ ਹੀਰਾ ਮੰਡੀ ਦਾ ਬਾਜ਼ਾਰ ਹੈ, ਗੁਮਨਾਮ ਗਲੀਆਂ ਨੇ ਉਹਦੇ ਵਿੱਚ, ਅਤੇ ਇਹ ਮੇਰੇ ਲੈਫਟ ਸਾਈਡ ਦੇ ਟੋਟਲ ਪੁਰਾਣੀਆਂ ਬਿਲਡਿੰਗਾਂ ਨੇ ਜਿਨ੍ਹਾਂ ਦੇ ਵਿੱਚ ਹੁਣ ਸ਼ਾਇਦ ਕੋਈ ਰਹਿੰਦਾ ਵੀ ਹੈ ਜਾਂ ਨਹੀਂ, ਲੱਗ ਨਹੀਂ ਰਿਹਾ ਕੋਈ ਰਹਿ ਰਿਹਾ ਕਿਉਂਕਿ ਇੰਤਹਾਈ ਬਸੀਦਾ ਹੋ ਚੁੱਕੀਆਂ ਨੇ। ਕਿਸੇ ਦੌਰ 'ਚ ਤਵਾਇਫਾਂ ਦੇ ਘਰ ਆ, ਖਿੜਕੀਆਂ ਨੱਚਣ ਗਾਉਣ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸਨ ਇੱਥੋਂ, ਲੇਕਿਨ ਇਹ ਹੁਣ ਖੰਡਰਾਤ ਲੱਗ ਰਹੇ ਨੇ। ਲਓ ਜੀ ਦੋਸਤੋ, ਮੈਂ ਇਸ ਵੇਲੇ ਪਹੁੰਚ ਗਿਆ ਵਾਂ ਮੈਡਮ ਨੂਰ ਜਹਾਂ ਦੇ ਉਸ ਘਰ ਦੇ ਬਿਲਕੁਲ ਸਾਹਮਣੇ ਆ। ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜਿਹੜੀ ਬਿਲਡਿੰਗ ਹੈ ਨੀਲੇ ਕਲਰ ਦੀ, ਇਹ ਮੈਡਮ ਨੂਰ ਜਹਾਂ ਇਸ ਘਰ ਦੇ 3 ਸਾਲ ਉਹ ਰਿਹਾਇਸ਼ ਪਜ਼ੀਰ ਰਹੀਆਂ ਨੇ। ਅਤੇ ਇਹ ਜਨਾਬ ਮੈਂ ਤੁਹਾਨੂੰ ਇਹਦੇ ਮੁਨਾਜ਼ਰ ਵਿਖਾਲਣਾ, ਇਸ ਵੇਲੇ ਘਰ ਮੌਜੂਦ ਅਤੇ ਬਾਹਰ ਲਿਖਿਆ ਵੀ ਹੈ, ਔਰ ਇਹ ਤੁਸੀਂ ਜਿਸ ਤਰ੍ਹਾਂ ਕਿ ਹੁਣ ਵੇਖ ਸਕਦੇ ਹੋ 1938 ਤੋਂ ਲੈ ਕੇ 1942 ਤੱਕ ਇਸ ਘਰ ਦੇ ਵਿੱਚ ਮਲਕਾ ਤਰੰਨਾ ਮੈਡਮ ਨੂਰ ਜਹਾਂ ਰਿਹਾਇਸ਼ ਪਜ਼ੀਰ ਰਹੀਆਂ। ਇਹ ਇਹਦਾ ਦਰਵਾਜ਼ਾ ਹੈ, ਇਹਦੀ ਬੈਕ ਸਾਈਡ 'ਤੇ ਵੀ ਦਰਵਾਜ਼ਾ ਹੈ, ਲੇਕਿਨ ਇਹ ਹੁਣ ਦਰਵਾਜ਼ਾ ਬਿਲਕੁਲ ਬੰਦ ਹੋ ਚੁੱਕਿਆ ਕਿਉਂਕਿ ਉੱਤੇ ਰਿਹਾਇਸ਼ ਨਹੀਂ ਕਿਸੇ ਦੀ ਵੀ। ਉਸ ਤੋਂ ਬਾਅਦ ਇੱਥੇ ਜਿਹੜੇ ਵੀ ਫੈਮਿਲੀ ਰਹੀ ਹੈ, ਤਵਾਇਫਾਂ ਰਹਿ ਚੁੱਕੀਆਂ ਨੇ, ਉਹ ਵੀ ਇੱਥੋਂ ਜਾ ਚੁੱਕੀਆਂ ਨੇ। ਅਤੇ ਇਹ ਜਨਾਬ ਹੁਣ ਯਾਦਾਂ ਹੀ ਰਹਿ ਗਈਆਂ ਨੇ ਮੈਡਮ ਦੀਆਂ, ਨਾ ਮੈਡਮ ਇਸ ਦੁਨੀਆ 'ਤੇ ਅਤੇ ਨਾ ਹੀ ਉਹ ਲੋਕ ਇਸ ਦੁਨੀਆ 'ਤੇ ਜਿੰਨਾ ਇਹ ਘਰ ਬਣਾਇਆ। ਅਤੇ ਇਹ ਹੁਣ ਬਿਲਕੁਲ ਉਜਾੜ ਪਈ ਹੈ ਘਰ ਦੇ ਵਿੱਚ ਵੀ, ਅਤੇ ਉਹਨਾਂ ਦੇ ਘਰ ਦਾ ਜਿਹੜਾ ਸਾਹਮਣੇ ਮੇਨ ਹੀਰਾ ਮੰਡੀ ਦਾ ਬਾਜ਼ਾਰ ਹੈ ਉਹਦੇ ਵਿੱਚ। ਦੋਸਤੋ, ਮੈਡਮ ਨੂਰ ਜਹਾਂ ਹੋਰਾਂ ਦਾ ਪੂਰਾ ਨਾਂ ਸੀ ਅੱਲਾ ਰੱਖੀ ਵਸਾਈ, ਜਿਹੜੀ ਕਿ 21 ਸਤੰਬਰ 1926 ਨੂੰ ਲਾਹੌਰ ਦੇ ਕੋਲ ਸ਼ਹਿਰ ਕਸੂਰ, ਜਿਹੜਾ ਇਸ ਵੇਲੇ ਪਾਕਿਸਤਾਨ ਦਾ ਹਿੱਸਾ ਹੈ, ਉੱਥੇ ਪੈਦਾ ਹੋਈਆਂ ਸਨ। ਔਰ 23 ਦਸੰਬਰ 2000 ਦੇ ਵਿੱਚ 74 ਸਾਲਾਂ ਦੀ ਉਮਰ ਪਾ ਕੇ ਉਹਨਾਂ ਦਾ ਇੰਤਕਾਲ ਹੋ ਗਿਆ ਕਰਾਚੀ ਦੇ ਵਿੱਚ। ਨੂਰਜਹਾਂ ਹੋਰਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਯਾਨੀ 1944 ਦੇ ਵਿੱਚ ਸ਼ੌਕਤ ਹੁਸੈਨ ਰਿਜ਼ਵੀ ਨਾਲ ਸ਼ਾਦੀ ਕੀਤੀ, ਪਹਿਲੀ ਸ਼ਾਦੀ UP ਦੇ ਵਿੱਚ। ਅਤੇ ਜਦੋਂ ਫਿਰ ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਅਤੇ 1948 ਦੇ ਵਿੱਚ ਸ਼ੌਕਤ ਰਿਜ਼ਵੀ ਸਾਹਿਬ ਨੇ ਫੈਸਲਾ ਕੀਤਾ ਕਿ ਉਹ ਪਾਕਿਸਤਾਨ ਜਾ ਕੇ ਰਹਿਣਾ ਚਾਹੁੰਦੇ ਨੇ, ਲਿਹਾਜ਼ਾ ਨੂਰਜਹਾਂ ਵੀ ਉਹਨਾਂ ਦੇ ਨਾਲ ਹੀ ਪਾਕਿਸਤਾਨ ਆ ਗਈਆਂ। ਉਹਨਾਂ ਦੀ ਪਹਿਲੀ ਸ਼ਾਦੀ 1953 ਤੱਕ ਸ਼ੌਕਤ ਰਿਜ਼ਵੀ ਸਾਹਿਬ ਨਾਲ ਚੱਲੀ। ਅੱਛਾ, ਨੂਰਜਹਾਂ ਨੇ 1982 ਦੇ ਵਿੱਚ ਇੰਡੀਆ ਦੇ ਵਿੱਚ ਵੀ ਦੌਰਾ ਕੀਤਾ, ਅਤੇ ਬੜੀਆਂ ਯਾਦਾਂ ਉੱਥੋਂ ਦੀਆਂ ਸਮੇਟ ਕੇ ਉਹ ਲੈ ਕੇ ਆਈਆਂ। ਨੂਰਜਹਾਂ ਹੋਰਾਂ ਨੇ 1935 ਵਿੱਚ ਪਿੰਡ ਦੀ ਕੁੜੀ ਨਾਮੀ ਫਿਲਮ ਬਣੀ, ਉਹਦੇ ਵਿੱਚ ਚਾਈਲਡ ਸਟਾਰ ਦਾ ਇੱਕ ਕਿਰਦਾਰ ਅਦਾ ਕੀਤਾ। ਫਿਰ 1935 ਦੇ ਵਿੱਚ
शीला नामी फिल्म 1936 च, मिस्री का सितारा बेशुमार फिल्मों च गाने गाए ते ए अज उन्हां दा घर तुहानूं भाया जा रहा जी ते बाहर लिखिया मलका तरन्नम नूर जहां अल्लाह वसाई इस घर दे च रहियां ते अज तुसीं वेखो जी दा की हाल हो गया। ए बालकनी हैगी है जिहदे उत्ते टुटियां कुर्सियां टुटा फर्नीचर ते होर घर दा जिहड़ा गैर सुरी समान सी उह फैमिली इत्थे रख्या उहने। ਇਹ ਤੁਸੀਂ ਵੇਖ ਸਕਦੇ ਹੋ ਸੋਫੇ ਦੀਆਂ ਕੁਰਸੀਆਂ ਨੇ ਦੂਸਰੀਆਂ ਕੁਰਸੀਆਂ ਲੱਕੜ ਦੀਆਂ ਬਹੁਤ ਹੀ ਜ਼ਬਰਦਸਤ ਆਪਣੇ ਦੌਰ ਦਾ ਸ਼ਾਹਕਾਰ ਹੈ। ਤੁਸੀਂ ਦੇਖੋ ਤਿੰਨ ਮੰਜ਼ਿਲਾ ਘਰ ਅਤੇ ਬਾਲਕੋਨੀਆਂ ਉੱਤੇ ਨਕਸ਼ਨਗਾਰੀ ਨੀਲੇ ਰੰਗ ਦਾ ਰੰਗ ਇਹ ਪਤਾ ਨਹੀਂ ਕਦੋਂ ਦਾ ਹੋਇਆ ਬਹੁਤ ਪੁਰਾਣੀ ਇਮਾਰਤ ਅਤੇ ਅੱਜ ਵੀ ਮੌਜੂਦ ਹੈ ਨਹੀਂ ਅਤੇ ਵਿੱਚ ਬਾਸੀ ਨਹੀਂ ਹੈਗੇ ਥੱਲੇ ਦੁਕਾਨਾਂ ਬਣ ਚੁੱਕੀਆਂ ਨੇ ਖੁੱਸਿਆਂ ਦੀਆਂ ਕਿਉਂਕਿ ਇਹ ਬਾਜ਼ਾਰ ਦੇ ਵਿੱਚ ਖੁੱਸਿਆਂ ਦੀਆਂ ਦੁਕਾਨਾਂ ਹੁਣ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ ਜਿੱਥੇ ਕਦੀ ਨਾਚ ਗਾਣ ਦੇ ਮੈਨੇਜਰ ਬੈਠੇ ਹੁੰਦੇ ਸਨ ਲੇਕਿਨ ਅੱਜ ਉੱਥੇ ਖੁੱਸਿਆਂ ਦੀਆਂ ਦੁਕਾਨਾਂ ਅੱਜ ਇੱਥੇ ਤਬਲਾ ਵਜਾਉਣ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਤਬਲੇ ਬਣਾਉਣ ਵਾਲੇ ਮੌਜੂਦ ਨੇ ਤਬਲਾ ਨਵਾਜ਼ ਨਹੀਂ ਤਬਲਾ ਸਾਜ਼ ਜਿਹੜੇ ਨੇ ਅੱਜ ਵੀ ਇਹਨਾਂ ਗਲੀਆਂ ਦੇ ਵਿੱਚ ਪੁਰਾਣੇ ਹੁਨਰ ਨੂੰ ਲੈ ਕੇ ਅਤੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਲਓ ਜੀ ਦੋਸਤੋ ਇਹ ਬਾਜ਼ਾਰੇ ਹੁਸਨ ਦੀਆਂ ਗਲੀਆਂ ਇਹਦੀ ਮੈਂ ਤੁਹਾਨੂੰ ਅੱਜ ਮੌਜੂਦਾ ਜਿੰਨੀ ਵੀ ਸੂਰਤ ਹਾਲ ਹੈ ਉਹ ਦੱਸੀ ਕਿ ਅੱਜ ਇਹ ਬਾਜ਼ਾਰ ਦੀਆਂ ਰੌਣਕਾਂ ਹੈ ਨੇ ਜਾਂ ਨਹੀਂ ਯਕੀਨਨ ਖਤਮ ਹੋ ਚੁੱਕੀਆਂ ਨੇ ਅਤੇ ਉਹਦੇ ਵਿੱਚ ਮੌਜੂਦ ਮੈਡਮ ਨੂਰ ਜਹਾਂ ਦਾ ਘਰ ਵਿਖਾਇਆ ਅਤੇ ਇਹਦੇ ਨਾਲ ਇਹ ਵੀ ਦੱਸਿਆ ਕਿ ਇੱਥੇ ਕਿਹੜੀਆਂ ਕਿਹੜੀਆਂ ਜਿਹੜੀਆਂ ਅਦਾਕਾਰਾਂ ਨੇ ਉਹ ਰਹਿ ਚੁੱਕੀਆਂ ਜਿਸ ਤਰ੍ਹਾਂ ਕਿ ਖਤੂਨ ਦੀ ਜ਼ਬਾਨੀ ਤੁਸੀਂ ਸੁਣਿਆ। ਇਹ ਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਨ੍ਹਾਂ ਦੋਸਤਾਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਤੇ ਕਮੈਂਟ ਕਰਕੇ ਦੱਸਣਾ ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਆਪਣੀ ਹਿਫਜ਼ਬਾਨ 'ਚ ਰੱਖੇ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।